जगराओं के गांव रोमी में बीती रात उस समय हंगामा हो गया जब एक गांव के एक नौजवान मनविंदर सिंह के घर पर गांव के एक सरपंच कुलदीप सिंह और उसके साथ साथियों ने हमला कर दिया और घर के दरवाजे पर तीन लोगों ने पहले रिवॉल्वर से फायर किए, फिर घर में घुसकर नौजवान को तेज धार हथियारों से कत्ल कर दिया। बीच में आए नौजवान के पिता भी जख्मी हुए। पुलिस ने नौजवान की लाश को पोस्टमार्टम के लिए भेजकर मामले की जांच गंभीरता से शुरू कर दी है। दरअसल गांव में छुट्टी पर आए फौजी की अपने भाई के साथ तकरार चल रही थी और फौजी भाई का मौजूदा कांग्रेसी सरपंच कुलदीप सिंह का नजदीकी था, जिस कारण सरपंच अपने साथियों सहित फौजी भाई के सहित पूरी बिरादरी जाति सूचक गालियां दे रहे थे। जिस कारण नौजवान मनविंदर सिंह ने कहा कि आप लोग पूरी बिरादरी को गालियां क्यों दे रहे हो, जिसके साथ आपका झगड़ा है आप सिर्फ उसे गालियां दो। जिस पर सरपंच ने तैश में आकर उसके घर पर हमला करके उसका कत्ल कर दिया। यहां पर यह बड़ा सवाल खड़ा होता है कि जब लोकसभा चुनावों के चलते कोड ऑफ कंडक्ट लगा हुआ है तो हमले के समय तीन लोगों के पास रिवॉल्वर कहां से आए, पुलिस ने उनके हथियार जमा क्यों नहीं करवाए। गांव में माहौल काफी तनावपूर्ण बना हुआ है और मौके पर परिवार से दुख साझा करने हल्का दाखा के साबका विधायक मनप्रीत सिंह अयाली पहुंचे। कांग्रेसियों को उनकी गुंडागर्दी करने और पुलिस द्वारा उनके साथ देने की निंदा की। मौके पर जब मृतक के पिता से बात की गई तो उन्होंने कहा कि उनके बेटे के साथ इन सभी लोगों ने बड़ी जायती की है और उनके बेटे के जाने से उनका जो घर है वो बिखर गया है। उन्होंने यह भी कहा कि जिन लोगों ने हमला किया है उनमें से तीन लोगों के पास हथियार थे और उन्होंने उससे फायर भी किया। इस पूरे मामले पर जगराओं के डीएसपी गुरदीप सिंह ने कहा है कि पुलिस हुए कत्ल की जांच कर रही है और जांच के बाद कोई भी हो उसके खिलाफ बनती कार्रवाई की जाएगी। जब उनसे पूछा गया कि किसी को गिरफ्तार किया गया है तो उन्होंने कहा कि इस बारे में अभी नहीं बता सकते, जबकि सूत्रों के मुताबिक पुलिस ने पांच लोगों को हिरासत में ले लिया है। ਜਾਤੀ ਸ਼ਬਦ ਕਹਿੰਦੇ ਸੀ। ਹਾਂਜੀ ਜਾਤੀ ਸਾਹਿਬ ਦੇ ਕਹਿੰਦੇ ਸੀਗੇ, ਸਾਡੇ ਮੁੰਡੇ ਨੇ ਰੋਕਿਆ ਵੀ ਤੁਸੀਂ ਇਹ ਸ਼ਬਦ ਨਾ ਕਹੋ। ਤੇ ਇਹਨੂੰ ਕਹਿੰਦੇ ਵੀ ਤੂੰ ਅਸੀਂ ਐਂ ਕਰਦਾ ਛੋਟੀਆਂ ਬੁੜੀਆਂ ਆਏ ਛੋਟੀਆਂ ਕੁੜੀਆਂ ਆਏ, ਠੀਕ ਹੈ ਕਿ ਨਹੀਂ। ਇਹ ਗੱਲ ਕਹਿੰਦੇ ਇਹ ਚਿੰਬੜ ਚਿੰਬੜਾ ਜੀ ਉਹਦਾ ਸਾਡਾ ਸੜਾ ਜਿਹਾ ਹੋ ਗਿਆ ਨਾ ਹੱਥੋਂ ਪਾਈ ਹੋਈ। ਅੱਛਾ, ਉਹ ਤੋਂ ਬਾਅਦ ਇਹ ਨਾ ਪੰਦਰਾਂ ਕੁ ਮਿੰਟਾਂ ਬਾਅਦ ਵੀਹਾਂ ਮਿੰਟਾਂ ਬਾਅਦ ਇਹਨੇ ਇੱਕ ਹਥਿਆਰ ਦੇ ਮੁੰਡੇ ਨੂੰ ਗੋਡੇ ਸਾਡੇ ਮਹਿੰਤੂ ਸੱਦਿਆ ਤੇ ਇੱਕ ਕੀਪੇ ਪ੍ਰਧਾਨ ਨੂੰ ਸੱਦਿਆ ਜਿਹੜਾ ਨਵਾਂ ਸਰਪੰਚ, ਇਹਨਾਂ ਕੋਲ ਪੈਸਟਲ ਸੀਗੇ ਤੇ ਉਹਨਾਂ ਜ਼ੋਰ ਤੇ ਬਾਹਰ ਨਿਕਲ ਕੇ ਆ ਕੇ ਇਹਨਾਂ ਨੇ ਅਸੀਂ ਤਾਂ ਰੋਟੀ ਮੁੰਡਾ ਰੋਟੀ ਖਾਣ ਲੱਗ ਗਏ, ਮੇਰੀ ਪਹਿਲਾਂ ਖਾਧੀ ਹੋਈ ਸੀ ਤੇ ਬਾਹਰ ਭੰਨਣ ਲੱਗ ਗਏ। ਨਿਕਲੋ ਚਮਾਰੋ ਬਾਹਰ ਫਲਾਨਾ ਧੈਕੜਾ, ਇਹਨਾਂ ਨੇ ਜਦੋਂ ਬਾਹਰ ਖੁੱਲ੍ਹਾ ਹੀ ਸੀਗਾ ਤੇ ਆ ਕੇ ਚਿੰਬੜ ਗਏ ਤੇ ਮੇਰੇ ਮਗਰ ਮਾਰੀ ਖਿੱਚੀ ਚਮਾਰੀ ਮਗਰ ਦੀ ਤੇ ਮੁੰਡੇ ਦੇ ਇੱਕ ਨੇ ਬਾਲਾ ਮਾਰਿਆ ਤੇ ਇੱਕ ਨੇ ਦੂਜੇ ਨੇ ਟੋਕਾ ਸੀ ਕਿ ਕੈਚ ਸੀਗੀ। ਕੋਈ ਹਥਿਆਰ ਵੀ ਸੀ, ਰਿਵਾਲਵਰ ਵਗੈਰਾ? ਹਾਂਜੀ ਹਥਿਆਰ ਸੀਗਾ ਜੀ। ਐਸਐਸਪੀ ਸਾਹਿਬ ਨਾਲ ਡੀਐਸਪੀ ਸਾਹਿਬ ਨਾਲ ਸਾਰਿਆਂ ਨਾਲ ਗੱਲ ਕਰਕੇ ਹਟਿਆ ਵੀ ਇਹਦੀ ਵੈਰੀਫਾਈ ਕਰੋ ਵੀ ਇਹ ਜਿਹੜੇ ਅਸਲਾ ਇਹਨਾਂ ਕੋਲ ਕਿੱਥੋਂ ਆ, ਵੀ ਇਹ ਜਾਇਜ਼ ਆ ਨਜਾਇਜ਼ ਆ, ਇਹ ਲਾਇਸੈਂਸੀ ਆ ਜਾਂ ਕਿੱਦਾਂ? ਤੁਸੀਂ ਤਾਂ ਕਹਿੰਦੇ ਵੀ ਸਾਰੇ ਅਸਲੇ ਜਮ੍ਹਾਂ ਕਰਵਾ ਲਿਆ ਤੇ ਇਹਦੇ ਕਾਂਗਰਸੀਆਂ ਨੂੰ ਦਿੱਤੇ ਹੋਏ ਨੇ ਕਿ ਵਿਸਾਖੀਆਂ ਨੇ ਜਮ੍ਹਾਂ ਕਰਾ ਲਏ ਨੇ, ਸੋ ਇਹ ਸ਼ਰੇਆਮ ਇਹ ਲੈ ਕੇ ਅਸਲਾ ਇੱਥੇ ਗੁੰਡਾਗਰਦੀ ਕਰਦੇ, ਦੂਸਰੇ ਪਾਸੇ ਤੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਸਾਰਾ ਅਸਲਾ ਜਮ੍ਹਾਂ ਕਰਾਓ। ਪਤਾ ਲੱਗਿਆ ਇੱਥੇ ਆ ਕੇ ਉਹਨਾਂ ਨੇ ਘਰੇ ਫਾਇਰ ਵੀ ਕੀਤੇ ਆ? ਇਹ ਪਿੰਡ ਵਾਲੇ ਦੱਸਣਗੇ ਜੀ ਇੱਥੇ ਇਹਨਾਂ ਨੇ ਜੋ ਵੀ ਕੀਤਾ, ਉਹ ਸਾਰੇ ਜਿਹੜੇ ਮੌਕੇ ਦੇ ਗਵਾਹ ਨੇ ਜੋ ਸਾਨੂੰ ਜਾਣਕਾਰੀ ਦਿੱਤੀ ਆ ਵੀ ਇਹਨਾਂ ਕੋਲ ਤਿੰਨ ਜਣਿਆਂ ਦੇ ਹੱਥ 'ਚ ਕਹਿੰਦੇ ਵੈਪਨ ਸੀਗੇ, ਬਾਕੀਆਂ ਕੋਲ ਗੰਡਾਸੇ ਕਿਰਪਾਨਾਂ ਸੀਗੀਆਂ ਤੇ ਇਸੇ ਕਰਕੇ, ਨਹੀਂ ਤਾਂ ਉਹ ਮੁੰਡੇ ਦਾ ਬਚਾਅ ਹੋ ਜਾਣਾ ਸੀਗਾ ਜਿਹਨਾਂ ਕੋਲ ਅਸਲਾ ਨਾ ਹੁੰਦਾ, ਕਿਉਂਕਿ ਫਿਰ ਕਿਸੇ ਨੇ ਡਰਦਿਆਂ ਨੇ ਇਹਨਾਂ ਨੇ ਜਦੋਂ ਰਿਵਾਲਵਰ ਕੱਢ ਲਏ ਉਹਨਾਂ ਨੇ ਨੇੜੇ ਨਹੀਂ ਗਏ ਵੀ ਸਾਡੇ ਗੋਲੀ ਨਾ ਮਾਰ ਦੇਣ, ਉਹ ਮੁੰਡੇ ਦਾ ਵਿਸ਼ਰਿਆਮ ਇਹਨਾਂ ਨੇ ਇੱਥੇ ਕਤਲ ਕੀਤਾ। ਠੀਕ ਹੈ, ਠੀਕ ਮਾਮਲਾ ਸਾਹਮਣੇ ਆਇਆ ਜੀ। ਰਾਤੀ ਮੁੰਡੇ ਪਿੰਡ ਦੇ ਵਿੱਚ ਲੜਾਈ ਝਗੜੇ ਦਾ ਵਾਲੀ ਸੂਚਨਾ ਮਿਲਦਾ ਹੋਇਆ। ਹਾਂਜੀ, ਅਸਲ ਦੇ ਸੰਬੰਧ ਵਿੱਚ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਹੈ, ਇਮੀਡੀਏਟ ਸਾਡੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਪਹੁੰਚ ਗਈ, ਜਿਹੜੀ ਹੈ ਡੈਡ ਬੋਡੀ ਜਿਹਨਾਂ ਦਾ ਆਪਾਂ ਜਿਹੜਾ ਹੋਇਆ ਸੀ, ਇੱਥੇ ਜਿਹੜੇ ਸਾਡੇ ਜਿਹੜਾ ਇੱਥੇ ਮਜ਼ਦੂਰ ਸੀਗਾ ਉਹਦਾ ਮੱਤ ਵਾਲੇ ਦਾ ਫਾਦਰ, ਉਹਦਾ ਸਟੇਟਮੈਂਟ ਲਿਖੀ ਗਈ, ਸਟੇਟਮੈਂਟ ਦੇ ਅਸੀਂ ਅੰਡਰ ਸੈਕਸ਼ਨ 302 ਜਿਹੜਾ ਹੈ ਐੱਫ ਆਈ ਆਰ ਦਰਜ ਕਰਤੀ ਹੈ, ਅਤੇ ਐੱਫ ਆਈ ਆਰ ਦਰਜ ਕਰਕੇ ਅਤੇ ਅਸੀਂ ਅੱਜ ਜਿਹੜਾ ਇਹਨਾਂ ਦਾ ਬੋਡੀ ਦਾ ਪੋਸਟਮਾਰਟਮ ਕਰਾ ਰਹੇ ਜੀ। ਛੇਤੀ ਜਿਹੜੇ ਮੁਲਜ਼ਮ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ। ਕਿੰਨੇ ਮੁਲਜ਼ਮ ਸੀ ਪਤਾ ਲੱਗੀ? ਹੁਣ ਇਹਨਾਂ ਨੇ ਅਜੇ ਤੱਕ ਜਿਹੜੇ ਪੰਜ ਮੁਲਜ਼ਮ ਆਈਡੈਂਟਿਫਾਈ ਅਤੇ ਤਿੰਨ ਅੜਕਾ। ਸਰ ਪਤਾ ਲੱਗਿਆ ਜਿਹੜਾ ਸਰਪੰਚ ਸੀਗਾ ਇਹ ਮੌਜੂਦਾ ਵਾ ਜਾਂ ਕਿਸ ਪਾਰਟੀ ਨਾਲ ਸੰਬੰਧ ਰੱਖਦਾ? ਉਹ ਅਜੇ ਫਿਲਹਾਲ ਅਸੀਂ ਜਿਹੜਾ ਇੱਧਰ ਪੋਸਟਮਾਰਟਮ ਵਾਲੇ ਜਿਹੜੀ ਆਪੂਰਤੀ ਆ ਉੱਧਰ ਵੀ, ਉਸ ਤੋਂ ਬਾਅਦ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਵੇਂ ਜਿਵੇਂ ਤੁਹਾਨੂੰ ਹੋਊਗਾ ਸਾਡਾ ਦਾ। ਅਤੇ ਖਾਲੀ ਜਥੇਦਾਰ ਦਾ ਬੇਟਾ ਵੀ ਵਿੱਚ ਸ਼ਾਮਿਲ ਦਾ ਸੁਣਿਆ ਜਾ ਰਿਹਾ ਜੀ, ਉਹ ਵੀ ਵਿੱਚ? ਅਜੇ ਤਾਂ ਸਾਡੇ ਕੋਲ ਸਿਰਫ ਬਾਈ ਨੇ ਵੀ ਆਏ ਨੇ ਕਿਹੜੇ ਨੇ ਜੀ, ਉਹਨਾਂ ਦੀ ਅੱਗੇ ਬੈਕਗਰਾਊਂਡ ਕੀ ਹੈ, ਉਹਨਾਂ ਦਾ ਕੋਈ ਬੈਕਗਰਾਊਂਡ ਦੇ ਵਿੱਚ ਜਾਂ ਕੋਈ ਕ੍ਰਿਮੀਨਲ ਰਿਕਾਰਡ ਕੀ ਹੈ, ਉਹ ਆਫਟਰ ਇਨਵੈਸਟੀਗੇਸ਼ਨ ਦੇ ਦੱਸ ਸਕਦੇ। ਠੀਕ ਹੈ।